अज के इंडियन एक्सप्रैस के आ इंडियन एक्सप्रैस आ फ्रंट पेज से यह दिल्ली का है नैशनल जो पेपर आज फ्रंट पेज से आई आ 36 ईयर्स आफ्टर सिख रैट्स टीम पिक्स अप द एविडेंस फ्रॉम द लॉट कानपुर हाउस SIT ने 36 साल तो एक घर जो बंद पिया जिसे दो सिखा नवंबर 1984 नू दो सिखा नू मार के जलाता सी ओ घर उदों का बंद रखिया वा हुण जो SIT पॉइंट हुई है कानपुर का वाकया है SIT ने जाके वह घर नू खोलिया ते उतों एविडेंस कलैक्ट किया वह सिखा नू मारन दा ते नाले उन्हां नू जलाउन दा ਉਹ ਹੁਣ ਜਾ ਕੇ SIT ਨੇ ਐਵੀਡੈਂਸ ਕਲੈਕਟ ਕੀਤਾ ਇਹ ਨਵੇਂ ਜਿਹੜੇ ਕੇਸ SIT ਨੇ ਖੋਲ੍ਹੇ ਆ ਉਹਨਾਂ ਵਿੱਚੋਂ ਇੱਕ ਕੇਸ ਆ ਇਸ ਦੇ ਵਿੱਚ 1 ਨਵੰਬਰ ਨੂੰ ਤੇਜ ਪ੍ਰਤਾਪ ਸਿੰਘ ਜੋ 45 ਸਾਲ ਦੇ ਸੀ ਅਤੇ ਉਹਦਾ ਬੇਟਾ ਸਤਪਾਲ ਸਿੰਘ ਜੋ ਸਿਰਫ 22 ਸਾਲ ਦਾ ਸੀ ਉਹਨਾਂ ਨੂੰ ਮੌਬ ਨੇ ਮਾਰਿਆ ਇਹ ਕਾਨਪੁਰ ਦਾ ਵਾਕਿਆ ਅਤੇ ਇਹ ਜਿਹੜਾ ਕਾਨਪੁਰ ਦੇ ਵਿੱਚ ਜੋ ਇੰਸੀਡੈਂਟ ਹੋਏ ਇਹ 1 ਨਵੰਬਰ ਨੂੰ ਸ਼ੁਰੂ ਤੋਂ ਹੋਏ ਅਤੇ ਇਹ ਸਾਰੇ ਜੇ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ ਉਹ ਉੱਥੋਂ ਦਾ ਜਿਹੜਾ DM ਸੀ ਬਰਜਿੰਦਰ ਉਹਦੇ ਕਰਕੇ ਹੋਇਆ ਉਸਨੇ ਆਪ ਕੋਲੇ ਖੜ ਖੜ ਕੇ ਮੌਬ ਤੋਂ ਸਿੱਖਾਂ ਨੂੰ ਕਤਲ ਕਰਵਾਇਆ ਇਹ ਮੈਨੂੰ ਯਾਦ ਆ ਉਹ 1985 'ਚ ਜਦੋਂ ਮਿਸ਼ਰਾ ਕਮਿਸ਼ਨ ਅਪੁਆਇੰਟ ਹੋਇਆ ਅਤੇ ਉਦੋਂ ਮੈਂ ਵੀ ਕਾਨਪੁਰ ਗਿਆ ਸੀ ਉੱਥੇ ਕਮੇਟੀ ਬਣਾਈ ਸੀ ਉੱਥੇ ਹਰਬੰਸ ਸਿੰਘ ਭੱਲਾ ਹੁੰਦੇ ਸੀ ਜੋ ਕਾਨਪੁਰ ਦੇ ਵਿੱਚ ਇੱਕ ਬੜੇ ਵੱਡੇ ਲੀਡਰ ਸੀ ਉਹਨਾਂ ਦੇ ਘਰੇ ਰਹਿ ਕੇ ਹੀ ਅਸੀਂ ਉੱਥੇ ਐਫੀਡੇਵਿਟ ਇਕੱਠੇ ਕੀਤੇ ਸੀ ਇਹ ਵੀ ਐਫੀਡੇਵਿਟ ਜੋ ਇਹਨਾਂ ਦੇ ਤੇਜ ਪ੍ਰਤਾਪ ਸਿੰਘ ਦੇ ਦੂਜੇ ਬੇਟੇ ਦਾ ਐਫੀਡੇਵਿਟ ਹੈ ਇਹ ਵੀ ਐਫੀਡੇਵਿਟ ਮਿਸ਼ਰਾ ਕਮਿਸ਼ਨ ਦੇ ਵਿੱਚ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ ਅਤੇ ਉਸੇ ਦੇ ਬੇਸ ਦੇ ਉੱਤੇ ਇਹ ਹੁਣ ਪ੍ਰੋਸੀਡਿੰਗ ਜਿਹੜੀਆਂ ਚੱਲ ਰਹੀਆਂ ਉਸ ਤੋਂ ਬਾਅਦ ਜਦੋਂ ਮਿਸ਼ਰਾ ਕਮਿਸ਼ਨ ਦੇ ਹੀਅਰਿੰਗ ਉੱਥੇ ਹੋਈਆਂ ਉਦੋਂ ਵੀ ਮੈਂ ਉੱਥੇ ਗਿਆ ਸੀ ਅਤੇ ਉਦੋਂ ਦੀ ਗੱਲ ਆ ਉਦੋਂ ਇੱਕ ਇਹਨਾਂ ਨੇ ਭੱਲਾ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਕ ਆਰਮੀ ਦਾ ਕੈਪਟਨ ਹੈ ਕੈਪਟਨ ਭੈਰਤ ਉਸਨੇ ਆ ਕੇ ਇਹਨਾਂ ਨੂੰ ਦੱਸਿਆ ਕਿ ਮੈਂ 1 ਤਰੀਕ ਨੂੰ ਸਵੇਰੇ ਜਦੋਂ ਮੌਬ ਇਕੱਠਾ ਹੋਇਆ ਅਤੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਉਦੋਂ ਇਹ ਕੈਪਟਨ ਭੈਰਤ ਨੇ ਔਡਰ ਮੰਗੇ ਕਿ ਮੈਨੂੰ ਗੋਲੀ ਚਲਾਉਣ ਦੇ ਔਡਰ ਦਿਓ ਇਹ ਬ੍ਰਜਿੰਦਰ ਨੇ ਉਹਨੂੰ ਔਡਰ ਨਹੀਂ ਦਿੱਤੇ ਇਹ ਅਸੀਂ ਇਹਨਾਂ ਦੇ ਭੱਲਾ ਸਾਹਿਬ ਨੇ ਦੱਸਿਆ ਸੀ ਮਿਸ਼ਰਾ ਕਮਿਸ਼ਨ 'ਚ ਐਪਲੀਕੇਸ਼ਨ ਫਾਈਲ ਕੀਤੀ ਕੈਪਟਨ ਭੈਰਤ ਨੂੰ ਅਸੀਂ ਮਿਸ਼ਰਾ ਕਮਿਸ਼ਨ ਦੇ ਵਿੱਚ ਸਮਨ ਕੀਤਾ ਇਹ ਮਿਸ਼ਰਾ ਕਮਿਸ਼ਨ ਦੇ ਵਿੱਚ ਇਹ ਪੂਰੀ ਉਹਦੀ ਕੈਪਟਨ ਭੈਰਤ ਦੀ ਇਹ ਜੋ ਮਿਸ਼ਰਾ ਦੀ ਰਿਪੋਰਟ ਆ ਉਹਦੇ 'ਚ ਕੈਪਟਨ ਭੈਰਤ ਦੀ ਪੂਰੀ ਐਵੀਡੈਂਸ ਰਿਕਾਰਡਡ ਆ ਅਤੇ ਇਹ ਆ ਸੀ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦੇ 53ਵਾਂ ਪੇਜ 'ਤੇ ਆ ਕੈਪਟਨ ਭੈਰਤ ਹੈਜ਼ ਟੋਲਡ ਦ ਕਮਿਸ਼ਨ ਕੈਪਟਨ ਭੈਰਤ ਨੇ ਆ ਕੇ ਸਾਰੀ ਸਟੋਰੀ ਜੋ ਮਿਸ਼ਰਾ ਕਮਿਸ਼ਨ ਨੂੰ ਜੋ ਸੁਪਰੀਮ ਕੋਰਟ ਦਾ ਜੱਜ ਸੀ ਉਸਨੂੰ ਆ ਕੇ ਜੋ ਦੱਸੀ ਉਹ ਕਹਿੰਦਾ ਉਹਨਾਂ ਨੇ ਆਰਮੀ ਨੂੰ 1 ਤਰੀਕ ਨੂੰ ਸਵੇਰੇ ਬੁਲਾ ਲਿਆ ਕਾਨਪੁਰ 'ਚ 1 ਤਰੀਕ ਨੂੰ ਸਵੇਰੇ ਹੀ ਕਰਫਿਊ ਲਗਾ ਦਿੱਤਾ ਸੀ ਉੱਥੇ ਕਹਿੰਦਾ ਇੱਕ ਘਰ ਦੇ ਆਸੇ ਪਾਸੇ ਉਹਨਾਂ ਨੇ ਘੇਰਿਆ ਵਾ ਸੀ ਅਤੇ ਘਰ ਦੇ ਅੰਦਰ ਸਰਦਾਰ ਪਰਿਵਾਰ ਸੀ ਅਤੇ ਬਹੁਤ ਵੱਡਾ ਮੌਬ ਇਕੱਠਾ ਹੋਇਆ ਸੀ ਅਤੇ ਉਹ ਕਹਿੰਦਾ ਉੱਥੋਂ ਘਰ ਦਾ ਜਿਹੜਾ ਸਰਵੈਂਟ ਸੀ ਉਹ ਭੱਜਿਆ ਸਾਡੇ ਕੋਲ ਆਇਆ ਕਹਿੰਦਾ ਜੀ ਤੁਸੀਂ ਇਹਨਾਂ ਨੂੰ ਬਚਾਓ ਉੱਥੇ SDM ਸੀ ਮਿਸਿਸ ਤੋਮਰ ਉਹ ਆਰਮੀ ਦੇ ਨਾਲ ਲੱਗੀ ਸੀ ਇਹਨੇ ਨਾਲ ਇਹ DM ਵੀ ਉੱਥੇ ਆ ਗਿਆ ਜਦੋਂ ਇਹ DM ਨੇ ਕਿਹਾ ਆਰਮੀ ਨੂੰ ਤੁਸੀਂ ਐਕਸ਼ਨ ਨਾ ਲਓ ਮੈਂ ਜਾ ਕੇ ਇਹਨਾਂ ਨਾਲ ਗੱਲ ਕਰਦਾ ਉਹ ਮੌਬ ਦੇ ਕੋਲੇ ਚਲਾ ਗਿਆ ਮੌਬ ਦੇ ਨਾਲ ਗੱਲਾਂ ਕਰਕੇ ਆਇਆ ਜੋ DM ਸੀ ਜਦੋਂ ਵਾਪਸ ਆਇਆ ਅਤੇ ਆ ਕੇ ਇਹਨੇ ਇਹਨਾਂ ਨੂੰ ਫੌਜ ਨੂੰ ਕਿਹਾ ਕਿ ਤੁਸੀਂ ਇੱਥੋਂ ਜਾਓ ਇਹਨੇ ਜੋ ਕੈਪਟਨ ਭੈਰਤ ਨੇ ਕਿਹਾ ਕਿ ਮੈਂ IAFT ਫਾਰਮ IAFT 908 ਨੰਬਰ ਫਾਰਮ ਹੁੰਦਾ ਜੋ ਆਰਮੀ ਨੇ ਮੈਜਿਸਟਰੇਟ ਤੋਂ ਸਾਈਨ ਕਰਾਉਣਾ ਹੁੰਦਾ ਐਕਸ਼ਨ ਲੈਣ ਲਈ ਇਹ ਕਹਿੰਦਾ ਮੈਂ ਉਹ ਮੈਜਿਸਟਰੇਟ ਸੀ ਜਿਹੜੀ ਮਿਸਿਸ ਤੋਮਰ ਉਹਨੂੰ ਕਿਹਾ ਫਾਰਮ ਸਾਈਨ ਕਰ ਮੈਂ ਐਕਸ਼ਨ ਲਊਂਗਾ ਕਰਫਿਊ ਲੱਗਿਆ ਵਾ ਅਤੇ ਇਹ ਮੌਬ ਇੱਥੇ ਇਕੱਠਾ ਕਿਵੇਂ ਹੋਇਆ DM ਨੇ ਮਨਾ ਕਰਤਾ SDM ਨੂੰ DM ਕਹਿੰਦਾ ਨਾ ਮੈਂ ਸਾਈਨ ਕਰੇਗੀ ਨਾ ਤੂੰ ਸਾਈਨ ਕਰੇਗਾ ਔਰ ਆਰਮੀ ਨੂੰ ਕਿਹਾ ਤੁਸੀਂ ਇੱਥੋਂ ਚਲੇ ਜਾਓ ਮੈਂ ਆਪੇ ਆਪ ਸਿਚੁਏਸ਼ਨ ਦੇਖੂੰਗਾ ਮੇਰੇ ਕੋਲ ਪੁਲਿਸ ਸਾਹਿਬ ਤੋਂ ਚਲ ਜਾਓ ਉੱਥੋਂ ਉਸਨੇ ਜ਼ਬਰਦਸਤੀ ਉੱਥੋਂ ਆਰਮੀ ਨੂੰ ਔਡਰ ਦੇ ਕੇ ਪਰੇ ਭੇਜਤਾ ਉਸ ਤੋਂ ਮਗਰੋਂ
ਉੱਥੇ ਉਹ ਡੀ ਐਮ ਦੀ ਪ੍ਰੈਜੈਂਸ ਅਤੇ ਉਹ ਪੁਲਿਸ ਦੀ ਪ੍ਰੈਜੈਂਸ ਦੇ ਵਿੱਚ ਮੌਬ ਨੇ ਉਹ ਘਰ ਦੇ ਉੱਤੇ ਅਟੈਕ ਕੀਤਾ। ਉੱਥੇ ਦੋ ਘਰ ਸੀਗੇ, ਉਹ ਸਿੱਖਾਂ ਨੂੰ ਉੱਥੇ ਘਰ ਦੇ ਅੰਦਰ ਜਲਾਇਆ ਅਤੇ ਨਾਲ ਨਾਲ ਜੋ ਜੋ ਉੱਥੇ ਹਾਲ ਕੀਤੇ, ਜੋ ਉੱਥੋਂ ਇਹ ਸ਼ੁਰੂ ਹੋਈ ਆ। ਜੇਕਰ ਉਹ 1 ਨਵੰਬਰ ਸਵੇਰੇ ਉਹ ਕੈਪਟਨ ਬੈਰਥ ਨੂੰ ਕੰਟਰੋਲ ਕਰਨ ਦੇ ਆਰਡਰ ਦੇ ਦਿੰਦੇ ਤਾਂ ਕਾਨਪੁਰ 'ਚ ਕੁਛ ਨਹੀਂ ਸੀ ਹੋਣਾ। 127 ਸਿੱਖਾਂ ਦਾ ਉੱਥੇ ਕਤਲ ਹੋਇਆ ਅਤੇ ਬੁਰੀ ਤਰ੍ਹਾਂ ਨਾਲ ਕਤਲ ਹੋਇਆ। ਧੀਆਂ ਭੈਣਾਂ ਦਾ ਬੁਰਾ ਹਾਲ ਹੋਇਆ। ਸਾਡਾ ਜਿਹੜਾ ਐਵੀਡੈਂਸ ਉੱਥੇ ਆਇਆ ਮਿਸ਼ਾ ਕਮਿਸ਼ਨ ਦੇ ਅੱਗੇ, ਉਹਦੇ ਮੁਤਾਬਕ 13 ਸਿੱਖ ਕੁੜੀਆਂ ਨੂੰ ਗੈਂਗਰੇਪ ਕੀਤਾ, ਪਿਓ ਨੂੰ ਮਾਰਤਾ, ਧੀ ਨੂੰ ਚੁੱਕੇ ਲੱਗੇ, ਘਰ ਵਾਲੇ ਨੂੰ ਮਾਰਤਾ, ਜਨਾਨੀ ਨੂੰ ਚੁੱਕੇ ਲੱਗੇ, ਭਰਾ ਨੂੰ ਮਾਰਤਾ, ਭੈਣ ਦੇ ਨਾਲ ਬੁਰਾ ਹਾਲ ਕੀਤਾ। 13 ਸਿੱਖ ਕੁੜੀਆਂ ਨਾਲ ਇਹੋ ਜਿਹਾ ਹਾਲ ਕੀਤਾ। ਜੋ ਡਾਕਟਰ ਜਿਹਨੇ ਕੁੜੀਆਂ ਨੂੰ ਟ੍ਰੀਟ ਕੀਤਾ ਉਹਨੇ ਵੀ ਆ ਕੇ ਬਿਆਨ ਦਿੱਤੇ, ਉਸਨੇ ਵੀ ਆ ਕੇ ਕਮਿਸ਼ਨ ਦੇ ਵਿੱਚ ਦੱਸਿਆ ਕਿ ਜੇ ਜੋ ਹਾਲ ਕੀਤਾ। ਮਿਸ਼ਰਾ ਕਮਿਸ਼ਨ ਨੇ ਜੋ ਰਿਕਮੈਂਡ ਕੀਤਾ ਕਿ ਇਹ ਜੋ ਬਰਜਿੰਦਰ ਆ DM, ਇਹਦੇ 'ਤੇ ਇਨਕੁਆਇਰੀ ਕੀਤੀ ਜਾਵੇ ਅਤੇ ਇਹਨੂੰ ਇਹ 'ਤੇ ਐਕਸ਼ਨ ਲਿਆ ਜਾਵੇ, ਬੜਾ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਇਹਨੇ ਸਭ ਕੁਛ ਕਰਾਇਆ। ਇੱਕ ਮੈਂ ਤੁਹਾਨੂੰ ਹੋਰ ਦੱਸਾਂ ਸਾਡੇ ਕੋਲ ਇੱਕ ਹੋਰ ਐਵੀਡੈਂਸ ਕੀ ਆਇਆ। 31 ਤਰੀਕ ਨੂੰ ਸਿੱਖਾਂ ਨੇ ਕਿਹਾ ਕਿ ਜੀ ਪੁਲਿਸ ਸਾਡੇ ਨਾਲ ਬੜਾ ਕੋਪਰੇਟ ਕਰ ਰਹੀ ਸੀ 31 ਅਕਤੂਬਰ ਨੂੰ, ਪਰ 1 ਨਵੰਬਰ ਸਵੇਰ ਤੋਂ ਕਹਿੰਦੇ ਪਤਾ ਨਹੀਂ ਕੀ ਹੋਇਆ, ਪੁਲਿਸ ਦਾ ਬਿਲਕੁਲ ਐਟੀਟਿਊਡ ਦੂਜਾ ਹੋ ਗਿਆ। ਪੁਲਿਸ ਸਭਾ ਦਨਈਆਂ ਦੇ ਨਾਲ ਮਿਲ ਗਈ। ਉਹ 1 ਨਵੰਬਰ ਤੋਂ ਕੀ ਹੋਇਆ ਮੈਂ ਤੁਹਾਨੂੰ ਦੱਸਦਾ। 31 ਨੂੰ ਸ਼ਾਮ ਨੂੰ ਜੋ ਇੱਥੇ ਦਿੱਲੀ ਵਿੱਚ ਹੋਇਆ, ਜੋ ਏਮਸ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ ਦੇ ਉੱਤੇ ਇਹਨਾਂ ਨੇ ਪ੍ਰੈਜੀਡੈਂਟ ਆਫ ਇੰਡੀਆ ਦੇ ਉੱਤੇ ਅਟੈਕ ਕੀਤਾ, ਪੁਲਿਸ ਦੀ ਪੂਰੀ ਪ੍ਰੈਜੈਂਸ ਦੇ ਵਿੱਚ ਪ੍ਰੈਜੀਡੈਂਟ ਆਫ ਇੰਡੀਆ ਗਿਆਨੀ ਜੈਲ ਸਿੰਘ ਉਹਦੇ ਕਾਫਲੇ 'ਤੇ ਅਟੈਕ ਕੀਤਾ। ਪ੍ਰੈਜੀਡੈਂਟ ਦੇ ਕਾਰ ਦੇ ਸ਼ੀਸ਼ੇ ਤੋੜਤੇ, ਪ੍ਰੈਜੀਡੈਂਟ ਦਾ ਇੱਕ ਬਾਡੀਗਾਰਡ ਜੋ ਸੀ ਉਹਦਾ ਸਿਰ ਪਾੜਤਾ, ਅਤੇ ਉਹ ਜੋ ਪਿੱਛੇ ਪ੍ਰੈਜੀਡੈਂਟ ਦੇ ਕਾਰ ਸੀ ਉਹਦੇ ਸੈਕਟਰੀ ਦੇ ਤਰਲੋਚੇ ਸਿੰਘ ਦੀ ਉਹਦੇ ਸ਼ੀਸ਼ੇ ਤੋੜ ਕੇ ਅੰਦਰ ਜਲਦੀਆਂ ਮਿਸਾਲਾਂ ਸੁੱਟਤੀਆਂ, ਅਤੇ ਇਹ ਸਾਰਾ ਮੀਡੀਆ ਦੇ ਵਿੱਚ ਆਇਆ। ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਪੁਲਿਸ ਸਾਇਲੈਂਟ ਖੜੀ ਰਹੀ, ਕੋਈ ਉਹਦੀ FIR ਨਹੀਂ ਰਜਿਸਟਰ ਕੀਤੀ, ਕਿਸੇ ਬੰਦੇ ਉੱਤੇ ਐਕਸ਼ਨ ਨਹੀਂ ਲਿਆ, ਕਿਸੇ ਨੂੰ ਅਰੈਸਟ ਨਹੀਂ ਕੀਤਾ। ਇਸ ਦੇ ਨਾਲ ਇਹਨਾਂ ਨੇ ਉਦੋਂ ਦੀ ਜੋ ਰਾਜੀਵ ਸਰਕਾਰ ਨੇ ਸਾਰੇ ਇੰਡੀਆ ਵਿੱਚ ਮੈਸੇਜ ਭੇਜਤਾ ਕਿ ਜੇ ਪ੍ਰੈਜੀਡੈਂਟ ਦੇ ਉੱਤੇ ਅਟੈਕ 'ਤੇ ਪੁਲਿਸ ਨੇ ਐਕਸ਼ਨ ਲੈ ਰਹੀ ਤਾਂ ਬਾਕੀ ਸਿੱਖਾਂ ਦੇ ਉੱਤੇ ਅਟੈਕ 'ਤੇ ਕਿਵੇਂ ਐਕਸ਼ਨ ਲਓਗੀ। ਇਸੇ ਕਰਕੇ ਜੋ ਮੈਸੇਜ ਇੱਥੋਂ ਗਿਆ ਪ੍ਰਾਈਮ ਮਿਨਿਸਟਰ ਆਫਿਸ ਤੋਂ, ਇੱਥੋਂ ਜੋ ਗਿਆ ਮੈਸੇਜ ਉਹ ਸਾਰੇ ਇੰਡੀਆ 'ਚ ਫੈਲ ਗਿਆ। 1 ਨਵੰਬਰ ਤੋਂ ਸਭ ਦਾ ਰਵੱਈਆ ਬਦਲ ਗਿਆ। ਸਿਰਫ ਇੱਕੋ ਇੱਕ ਸਟੇਟ ਸੀ ਵੈਸਟ ਬੰਗਾਲ, ਜਿੱਥੇ ਉਹਨਾਂ ਨੇ 31 ਨੂੰ ਹੀ ਕੰਟਰੋਲ ਕਰ ਲਿਆ ਸੀ ਅਤੇ 1 ਨੂੰ ਕੁਛ ਨਹੀਂ ਹੋਤਾ। ਵਰਧਮਾਨ ਥੋੜ੍ਹਾ ਜਿਹਾ ਹੋਇਆ, ਆਸਨਸੋਲ ਥੋੜ੍ਹਾ ਜਿਹਾ ਹੋਇਆ ਬਸ ਉਹਦੇ ਮੁਕਾਬਲੇ, ਜਦੋਂ ਕਿ ਜਦੋਂ ਬੜੀ ਵੋਲੇਟਾਈਲ ਆ ਕਲਕੱਤਾ ਤਾਂ ਬਹੁਤ, ਦਿੱਲੀ ਤਾਂ ਬੜੀ ਸ਼ਾਂਤ ਆ, ਅਤੇ ਇਹ ਇਸ ਤਰ੍ਹਾਂ। ਅਤੇ ਇਹ ਜਦੋਂ ਮਿਸ਼ਰਾ ਕਮਿਸ਼ਨ ਨੇ ਰਿਕਮੈਂਡ ਕੀਤਾ ਕਿ ਬਰਜਿੰਦਰ ਦੇ ਅਗੇਂਸਟ ਐਕਸ਼ਨ ਲਓ, ਐਕਸ਼ਨ ਤਾਂ ਕੀ ਲੈਣਾ ਸੀ, ਉਹ ਬਰਜਿੰਦਰ ਉਸ ਤੋਂ ਮਗਰੋਂ 4 ਪ੍ਰਮੋਸ਼ਨਾਂ ਹੋ ਕੇ ਚੀਫ ਸੈਕਟਰੀ ਹੋ ਕੇ ਰਿਟਾਇਰ ਹੋ ਗਿਆ। 4 ਪ੍ਰਮੋਸ਼ਨਾਂ ਹੋ ਕੇ ਚੀਫ ਸੈਕਟਰੀ ਬਣ ਕੇ ਉਹ ਰਿਟਾਇਰ ਹੋ ਗਏ। ਹੁਣ ਜਦੋਂ SIT ਨੇ ਕੇਸ ਰੀਓਪਨ ਕੀਤੇ ਆ, ਹੁਣ ਅਸੀਂ SIT ਨੂੰ ਇਹ ਲਿਖ ਰਹੇ ਹਾਂ ਅਤੇ UP ਸਰਕਾਰ ਨੂੰ ਇਹ ਲਿਖ ਰਹੇ ਹਾਂ ਕਿ ਉਹ ਬਰਜਿੰਦਰ ਵਾਲਾ DM ਵਾਲਾ ਵੀ ਕੇਸ ਰੀਓਪਨ ਕਰੋ। ਇੱਕ ਕੌਨਸਪੀਰੇਸੀ ਦੇ ਵਿੱਚ DM ਨੂੰ ਨਾਲ ਮੁਲਜ਼ਮ ਬਣਾਓ ਕਿ DM ਨੇ ਜਿਹੜਾ ਕੋਲੇ ਖੜੇ ਹੋ ਕੇ ਆਰਮੀ ਨੂੰ ਭੇਜ ਕੇ ਸਿੱਖਾਂ ਨੂੰ ਮਰਵਾਇਆ, ਉਹ DM ਨੂੰ ਨਾਲ ਕੌਨਸਪੀਰੇਸੀ 'ਚ ਨਾਲ ਮੁਲਜ਼ਮ ਬਣਾਓ ਉਹਨੂੰ ਵੀ ਨਾਲ। ਇਹ ਔਰ ਇਹ ਜੋ ਅੱਜ ਤੱਕ ਜੋ ਇਹ ਹੋ ਰਿਹਾ, ਇਹ ਮਤਲਬ ਕਿ ਸਾਡੇ 'ਚੋਂ ਜਿਹੜੇ ਕਈ ਸੋਚਦੇ ਆ ਕਿ ਬਸ ਹੁਣ ਬੜਾ ਹੋ ਗਿਆ ਹੁਣ ਭੁੱਲ ਜਾਈਏ, ਦੇਖੋ ਮਰਜ਼ੀ ਤੁਹਾਡੀ, ਜਿਹੜੇ ਭੁੱਲਣ ਵਾਲੇ ਉਹ ਭੁੱਲ ਜਾਓ, ਮੈਂ ਤਾਂ ਨਹੀਂ ਭੁੱਲ ਸਕਦਾ। ਹੋਰ ਵੀ ਮੇਰੇ ਨਾਲ ਕੁਛ ਕਹਿ ਕੇ ਨਹੀਂ, ਦੇਖੋ ਅੱਜ ਆਪਾਂ ਜਿਊਜ਼ ਦੀਆਂ ਗੱਲਾਂ ਕਰਦੇ ਹਾਂ, ਜਿਊਜ਼ ਦਾ ਤੁਸੀਂ ਦੇਖ ਲਓ, ਉਹ ਤਾਂ 1940-42 ਦੀਆਂ ਗੱਲਾਂ ਨਹੀਂ, ਉਹ ਅਜੇ ਤੱਕ ਨਹੀਂ ਭੁੱਲੀ, ਉਹਨੂੰ ਪਰਸਿਊ ਕਰ ਰਹੀ ਹੈ ਦੁਨੀਆ, ਉਹ ਕੰਮਾਂ ਨੂੰ ਯਾਦ ਕਰਦੀ ਹੈ ਜਿਹੜੀਆਂ ਕੰਮਾਂ ਆਪਣੇ 'ਤੇ ਤਸ਼ੱਦਦ ਹੋਏ ਭੁੱਲਦੀਆਂ ਨਹੀਂ ਅਤੇ ਉਹਨਾਂ ਨੂੰ ਅੱਗੇ ਲੌਜੀਕਲ ਐਂਡ ਤੱਕ ਲੈ ਕੇ ਜਾਂਦੇ ਆ। ਇਹ ਆਪਣੇ ਆਪ ਨੂੰ ਇੱਕ ਸਟਰੋਂਗ ਕੌਮ ਦਿਖਾਉਣ ਦੇ ਵਾਸਤੇ ਬਹੁਤ ਜ਼ਰੂਰੀ ਆ। ਅਤੇ ਅੱਜ ਵੀ ਇਹ ਕੇਸ ਦੇਖੋ ਛੱਡਾਂਗੇ ਨਹੀਂ,
ਭੁੱਲਾਂਗੇ ਨਹੀਂ, ਲੈ ਕੇ ਜਾਵਾਂਗੇ ਅਖੀਰ ਤੱਕ, ਲੈ ਕੇ ਜਾਵਾਂਗੇ। ਹੁਣ ਉਹ ਬਜਿੰਦਰ ਨੂੰ ਫਿਰ ਇਹਦੇ ਵਿੱਚ ਮੁਲਜ਼ਮ ਬਣਾ ਕੇ, ਹੁਣ ਫਿਰ ਇਹ ਨਵੀਂ SIT ਦੇ ਵਿੱਚ ਉਹ ਕਾਰਵਾਈ ਸ਼ੁਰੂ ਕਰਾਵਾਂਗੇ। ਮੈਂ ਅੱਜ ਦੀ ਖਬਰ ਸੀ ਤਾਂ ਤੁਹਾਨੂੰ ਇਹਦੇ ਬਾਰੇ ਮੈਂ ਕਿਹਾ ਦੱਸਾਂ, ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਜੋ ਜੋ ਹੋਰ ਡਿਵੈਲਪਮੈਂਟ ਵਿੱਚ ਹੋਊਗੀ ਤੁਹਾਨੂੰ ਸਮੇਂ ਸਮੇਂ 'ਤੇ ਦੱਸਦੇ ਰਹਾਂਗੇ।